ਹਸਪਤਾਲ ਦਾ ਨੀਂਹ ਪੱਥਰ ਪ੍ਰੋਗਰਾਮ ਨੇ ਲਿਆ ਰਾਜਨੀਤਿਕ ਰੂਪ। ਨਹੀਂ ਲਿਖਿਆ ਗਿਆ ਆ ਵਿਧਾਇਕਾ ਸਰਬਜੀਤ ਦਾ ਨਾਮ, ਰਾਜਨੀਤੀ ਦੇ ਤਹਿਤ ਨਹੀਂ ਲਿਖਿਆ ਗਿਆ ਨਾਮ ਮਾਨੂ ਕੇ। ਅੱਜ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਵੱਲੋਂ ਸਿਵਲ ਹਸਪਤਾਲ ਜਗਰਾਉਂ ਵਿਖੇ ਜੱਚਾ ਬੱਚਾ ਹਸਪਤਾਲ ਦੇ ਨੀਂਹ ਪੱਥਰ ਰੱਖਿਆ ਗਿਆ, ਜਿਸ ਉੱਤੇ 1 ਕਰੋੜ ਰੁਪਇਆਂ ਦਾ ਖਰਚ ਕੀਤਾ ਜਾਣਾ ਹੈ। ਪਰੰਤੂ ਜਗਰਾਉਂ ਦੇ ਵਿਧਾਇਕ ਜੋ ਕਿ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹਨ, ਉਹਨਾਂ ਦਾ ਨਾਮ ਇਸ ਨੀਂਹ ਪੱਥਰ ਉੱਤੇ ਨਹੀਂ ਲਿਖਿਆ ਗਿਆ ਸੀ, ਜਿਸ ਕਾਰਨ ਮੌਕੇ ਤੇ ਸਵਾਲ ਉੱਠਣੇ ਸ਼ੁਰੂ ਹੋ ਗਏ। ਆਮ ਆਦਮੀ ਪਾਰਟੀ ਦੀ ਜਗਰਾਉਂ ਤੋਂ ਵਿਧਾਇਕਾ ਸਰਬਜੀਤ ਕੌਰ ਮਾਨੂਕੇ ਨੇ ਦੱਸਿਆ ਕਿ ਉਹਨਾਂ ਵੱਲੋਂ ਜਗਰਾਉਂ ਦੇ ਜੱਚਾ ਬੱਚਾ ਹਸਪਤਾਲ ਲਈ ਕਾਫੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਅਤੇ ਮੰਤਰੀ ਵੱਲੋਂ ਵੀ ਉਹਨਾਂ ਦੀ ਇਹ ਮੰਗ ਮੰਨ ਲਈ ਗਈ ਤੇ ਸ਼ਹਿਰ ਲਈ 1 ਕਰੋੜ ਰੁਪਏ ਦਾ ਇਹ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਗਿਆ। ਉਹਨਾਂ ਕਿਹਾ ਕਿ ਪਰ ਇਸ ਮੌਕੇ ਉਹਨਾਂ ਦਾ ਨਾਮ ਨੀਂਹ ਪੱਥਰ ਉੱਤੇ ਨਹੀਂ ਲਿਖੇ ਜਾਣਦੇ। ਸਾਰੇ ਜਗਰਾਉਂ ਨੇ, ਸਾਰੇ ਪੰਜਾਬ ਨੇ ਆਡੀਓ ਸੁਣੀ ਹੈ ਮੇਰੀ ਤੇ ਮੰਤਰੀ ਸਾਹਿਬ ਦੀ। ਵਿਧਾਨ ਸਭਾ ਦੇ ਵਿੱਚ ਬਾਰ ਬਾਰ ਕੁਐਸਚਨ ਸੁਣੇ ਆ, ਮੰਤਰੀ ਸਾਹਿਬ ਆਪਦੇ ਮੂੰਹੋਂ ਬੋਲ ਰਹੇ ਆ, ਭੈਣ ਜੀ ਤੁਸੀਂ ਮੇਰੇ ਤੋਂ ਜੱਚਾ ਬੱਚਾ ਹਸਪਤਾਲ ਬਾਰ ਬਾਰ ਮੰਗਿਆ ਤੇ ਮੈਂ ਦਿੱਤਾ, ਤੁਸੀਂ ਮੇਰੇ ਤੋਂ 1 ਕਰੋੜ ਦੀ ਦਵਾਈ ਮੰਗੀ ਮੈਂ ਦਿੱਤੀ। ਮੈਂ ਉਸ ਦਿਨ ਬਹਿਸ ਕਰ ਰਹੀ ਸੀ ਵੈਂਟੀਲੇਟਰ ਤੇ ਵੀ ਇਹਦੇ ਨਾਲ ਵੈਂਟੀਲੇਟਰ ਵੀ ਦੇ ਦਿਓ, ਜਿਹੜੀ ਮੈਂ ਅੱਜ ਵੀ ਗੱਲ ਕੀਤੀ ਆ ਵੀ ਹੁਣ ਤੁਸੀਂ 6 ਕਰੋੜ ਤਾਂ ਖਰਚ ਹੀ ਰਹੇ ਹੋ, ਥੋੜੇ ਜਿਹੇ ਪੈਸੇ ਦੇ ਨਾਲ ਵੈਂਟੀਲੇਟਰ 4 ਸਾਨੂੰ ਦੇ ਦਿਓ, ਸਾਡੀ ਸਾਰੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ। ਆਡੀਓ ਸੁਣ ਕੇ SP ਉੱਥੇ ਮੰਤਰੀ ਸਾਹਿਬ ਨੇ ਕਿਹਾ ਵੀ ਭੈਣ ਜੀ ਤੁਸੀਂ ਸਾਡੇ ਵਾਸਤੇ ਬਹੁਤ ਜ਼ਿਆਦਾ ਸਤਿਕਾਰਯੋਗ ਹੋ, ਜੋ ਤੁਸੀਂ ਕੁਛ ਮੰਗੋਗੇ ਮੈਂ ਤੁਹਾਨੂੰ ਉਹ ਦੇਣਾ ਹੀ ਦੇਣਾ। ਇਹਦੇ 'ਚ ਹੁਣ ਦੱਸਣ ਦੀ ਕੋਈ ਸ਼ੱਕ ਹੀ ਨਹੀਂ ਰਹਿ ਗਿਆ ਬਈ ਜਦੋਂ ਵੀ ਕੋਈ ਕੰਮ ਹੁੰਦਾ MLA ਨੇ ਮੰਤਰੀ ਨੂੰ ਕਹਿਣਾ ਹੁੰਦਾ, ਵਿਧਾਨ ਸਭਾ ਦੀ ਸਟੇਜ ਦੇ ਵਿੱਚ ਰਿਕਾਰਡ ਦੇ ਵਿੱਚ ਪਿਆ ਇਸ ਬਜਟ ਸੈਸ਼ਨ ਦਾ ਇਹ ਮੰਗ ਹੈ, ਉਦੋਂ ਪਹਿਲਾਂ ਉਹਨਾਂ ਨੇ ਸਾਰਾ ਜੋ ਪ੍ਰੋਸੈਸ ਲੈ ਕੇ ਆਏ ਆ ਅਤੇ ਆਪਾਂ ਕੰਮ ਕੀਤਾ, ਪਰ ਠੀਕ ਹੈ ਇੱਥੋਂ ਦੇ ਕੁਛ ਲੋਕਾਂ ਨੂੰ ਕ੍ਰੈਡਿਟ ਵਾਰ ਦੀ ਆਦਤ ਹੈ, ਮੈਨੂੰ ਮੇਰਾ ਕੰਮ